ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਉਹਨਾਂ ਦੀ ਹਰਿਆਣਾ ਸਰਕਾਰ ਰੱਖੜੀ ਦੇ ਤਿਉਹਾਰ 'ਤੇ ਔਰਤਾਂ ਦੇ ਲਈ ਇੱਕ ਖਾਸ ਤੋਹਫ਼ਾ ਦੇਣ ਜਾ ਰਹੀ ਹੈ, ਜਿਸ ਦੇ ਤਹਿਤ ਹਰ ਜ਼ਿਲ੍ਹੇ ਵਿੱਚ ਮਹਿਲਾ ਪੁਲਿਸ ਸਟੇਸ਼ਨ ਸਥਾਪਿਤ ਕੀਤੇ ਜਾਣਗੇ ਤਾਂ ਜੋ ਜਿੱਥੇ ਔਰਤਾਂ ਦੀ ਇੱਜ਼ਤ ਅਤੇ ਸਤਿਕਾਰ ਨੂੰ ਕਾਇਮ ਰੱਖਿਆ ਜਾ ਸਕੇ, ਉੱਥੇ ਹੀ ਔਰਤਾਂ 'ਤੇ ਹੋ ਰਹੇ ਅੱਤਿਆਚਾਰਾਂ ਨੂੰ ਵੀ ਠੱਲ ਪਾਈ ਜਾ ਸਕੇ। ਉਹਨਾਂ ਨੇ ਇਹ ਵੀ ਕਿਹਾ ਕਿ ਹਰਿਆਣਾ ਵਿੱਚ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਜਨਮ ਦਰ ਬਹੁਤ ਘੱਟ ਸੀ, ਜਿਸ ਨੂੰ ਉਹ ਆਪਣੇ ਸ਼ਾਸਨ ਕਾਲ ਦੇ ਦੌਰਾਨ ਹਰਿਆਣਵੀ ਲੋਕਾਂ ਦੇ ਵਿੱਚ ਜਾਗਰਤੀ ਲਿਆ ਕੇ ਸਮਾਨਤਾ ਲਿਆਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਨੇ। ਖੱਟਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਤੰਬਰ ਮਹੀਨੇ ਵਿੱਚ ਹੋਣ ਵਾਲੀ ਅਮਰੀਕਾ ਯਾਤਰਾ ਦੇ ਸੰਬੰਧੀ ਇੱਕ 17 ਮੈਂਬਰੀ ਡੈਲੀਗੇਸ਼ਨ ਦੇ ਨਾਲ ਕੈਲੀਫੋਰਨੀਆ ਦੇ ਹਿੰਦੂ ਟੈਂਪਲ ਸਨੀਵੇਲ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਖੱਟਰ ਨੇ ਕਿਹਾ ਕਿ ਭਾਰਤੀ ਲੋਕ ਭਾਵੇਂ ਦੁਨੀਆ ਵਿੱਚ ਆਪਣੀ ਮਿਹਨਤ ਕਰਕੇ ਵੀ ਜਾਣੇ ਜਾਂਦੇ ਨੇ, ਪਰ ਉਹਨਾਂ ਦੇ ਵਿੱਚ ਇੱਕ ਖਾਸੀਅਤ ਸਭ ਤੋਂ ਵੱਧ ਇਹ ਮੰਨੀ ਜਾਂਦੀ ਹੈ ਕਿ ਉਹਨਾਂ ਨੇ ਕਦੇ ਵੀ ਆਪਣੇ ਸੰਸਕਾਰਾਂ ਨੂੰ ਨਹੀਂ ਭੁਲਾਇਆ। ਇਸ ਕਰਕੇ ਸਮੁੱਚੀ ਭਾਰਤੀ ਸੰਸਕ੍ਰਿਤੀ ਦੁਨੀਆ ਵਿੱਚ ਇੱਕ ਉਦਾਹਰਣ ਵਜੋਂ ਪੇਸ਼ ਕੀਤੀ ਜਾਂਦੀ ਹੈ। ਇੱਕ ਹੋਰ ਸਵਾਲ ਦੇ ਜਵਾਬ ਵਿੱਚ ਖੱਟਰ ਨੇ ਕਿਹਾ ਕਿ ਹਰਿਆਣਾ ਸਰਕਾਰ ਪਿੰਡਾਂ ਵਿੱਚ ਖੇਡਣ ਅਤੇ ਪਿੰਡ ਦੇ ਲੋਕਾਂ ਦੇ ਨਾਲ ਮਿਲ ਬੈਠਣ ਦੇ ਲਈ ਥਾਵਾਂ ਦਾ ਪ੍ਰਬੰਧ ਕਰ ਰਹੀ ਹੈ। ਇਸੇ ਲਈ ਹਰਿਆਣਾ ਖੇਡਾਂ ਦੇ ਵਿੱਚ ਇਸ ਵੇਲੇ ਬਾਕੀ ਸੂਬਿਆਂ ਦੇ ਮੁਕਾਬਲੇ ਅੱਗੇ ਚੱਲ ਰਿਹਾ। ਉਹ ਭਰੂਣ ਹੱਤਿਆ ਵਰਗੀ ਬੁਰਾਈ ਨੂੰ ਦੂਰ ਕਰਨ ਦੇ ਲਈ ਵਚਨਬੱਧ ਨੇ ਅਤੇ ਬੇਟੀ ਬਚਾਓ ਦੇਸ਼ ਬਚਾਓ ਦੇ ਨਾਅਰੇ ਨੂੰ ਹਰਿਆਣਾ ਵਿੱਚ ਪੂਰੀ ਤਰ੍ਹਾਂ ਲਾਗੂ ਕਰਨ ਦੇ ਯਤਨ ਵਿੱਚ ਲੱਗੇ ਹੋਏ ਨੇ। ਇਸ ਲਈ ਦੇਸ਼ ਕੇ ਪ੍ਰਧਾਨ ਮੰਤਰੀ ਨੇ ਵੀ ਨੋਟਿਸ ਲਿਆ ਔਰ ਹਮਨੇ ਵੀ ਆਤੇ ਵਿਚਾਰ ਕੀਆ ਕਿ ਬੇਟੀਓਂ ਕੋ ਲੜਕੀਓਂ ਕੋ ਇੱਕ ਜੋ ਭਰੂਣ ਹੱਤਿਆ ਇੰਗਲਿਸ਼ ਮੈਂ ਫੀਮੇਲ ਫੀਸਾਈਡ ਹਾਂ ਇਹ ਇੱਕ ਹਰਿਆਣਾ ਮੈਂ ਬਹੁਤ ਜ਼ਿਆਦਾ ਬੜ ਗਿਆ ਥਾ। ਇਸਕੋ ਹਮਨੇ ਰੋਕਨੇ ਕੇ ਲੀਏ ਜੈਂਡਰ ਰੇਸ਼ੋ ਠੀਕ ਕਰਨੇ ਕੇ ਲੀਏ ਬੇਟੀ ਬਚਾਓ ਬੇਟੀ ਪੜ੍ਹਾਓ ਇਹ ਅਭਿਆਨ ਲਿਆ ਹੈ ਔਰ ਉਸ ਅਭਿਆਨ ਮੈਂ ਹਮ ਇੱਕ ਸਾਲ ਭਰ ਕੇ ਅੰਦਰ ਹਮਨੇ ਜੋ ਐਫਰਟਸ ਕੀਏ ਹੈ ਜਿਤਨੇ ਹਮਾਰੇ ਪ੍ਰੋਗਰਾਮ ਹਮਨੇ ਬਣਾਏ ਹੈ ਵੀ ਆਰ ਗੈਟਿੰਗ ਰਿਜ਼ਲਟਸ ਆਊਟ ਆਫ ਦੋਸ। ਉਹਨਾਂ ਪ੍ਰਵਾਸੀਆਂ ਨੂੰ ਹਰਿਆਣਾ ਦੇ ਵਿੱਚ ਨਿਵੇਸ਼ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਉਹਨਾਂ ਨੂੰ ਹਰ ਸੁੱਖ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਸਨੀਵੈਲ, ਕੈਲੀਫੋਰਨੀਆ ਤੋਂ ਐਸ ਅਸ਼ੋਕ ਪੋਰਾ, ਗਲੋਬਲ ਪੰਜਾਬ ਟੀਵੀ।